ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 10th ਕਲਾਸ ਦੀ ਇੰਗਲਿਸ਼ ਦੀ ਬੁੱਕ, ਇੰਗਲਿਸ਼ ਮੇਨ ਕੋਰਸ ਬੁੱਕ, ਤੇ ਉਸਦਾ ਇੰਜੋਇੰਗ ਪੋਇਟਰੀ ਵਾਲਾ ਸੈਕਸ਼ਨ ਜੋ ਪੋਇਮ ਨੰਬਰ 3, ਦੀ ਬੈਲਾਡ ਆਫ ਪ੍ਰਤਾਪ ਸਿੰਘ। ਤੇ ਇਹਦਾ ਬੱਚੋ ਕੁਸ਼ਚਨ ਆਂਸਰ ਚ ਅਸੀਂ ਓਨਲੀ ਫਸਟ ਕੁਸ਼ਚਨ ਕਰਾਂਗੇ ਕਿਉਂਕਿ ਇਹਦਾ ਆਂਸਰ ਕਾਫੀ ਲੰਬਾ ਹੈਗਾ। ਇਹ ਤਕਰੀਬਨ ਪੂਰੀ ਪੋਇਮ ਦੀ ਟ੍ਰਾਂਸਲੇਸ਼ਨ ਹੈਗੀ ਹੈ। ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ। ਜਿਹੜਾ ਆਂਸਰ ਹੈਗਾ ਉਹਨੂੰ ਨੋਟ ਕਰ ਲਓ ਆਪਣੀ ਨੋਟਬੁੱਕ ਵਿੱਚ, ਤੇ ਬਾਅਦ ਵਿੱਚ ਉਹਨੂੰ ਆਪਣੇ ਆਪ ਬਿਨਾਂ ਦੇਖੇ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਇਸੀ ਚੈਨਲ ਤੇ ਪਿਆਰੇ ਵਿਦਿਆਰਥੀਓ, ਤੁਹਾਡੀ 10th ਕਲਾਸ ਦੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ। ਤੁਸੀਂ ਚੈਨਲ ਤੇ ਜਾਓ, ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ ਇੱਕ ਹੈਗੀ 10th ਗ੍ਰੈਮਰ, ਇੱਕ ਹੈਗੀ 10th ਇੰਗਲਿਸ਼ ਲਿਟਰੇਚਰ, ਫਿਰ ਇੱਕ ਹੈਗੀ ਹੈ 10th ਮੈਥ ਇੰਗਲਿਸ਼ ਮੀਡੀਅਮ ਵਿੱਚ, ਇੱਕ ਹੈਗੀ 10ਵੀਂ ਗਣਿਤ ਨਵੀਂ ਪੰਜਾਬੀ ਮੀਡੀਅਮ ਵਿੱਚ, ਇੱਕ ਹੈਗੀ 10th ਸਾਇੰਸ ਇੰਗਲਿਸ਼ ਮੀਡੀਅਮ ਵਿੱਚ, ਫਿਰ ਇੱਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ, ਇੱਕ ਹੈਗੀ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ, ਇੱਕ ਹੈਗੀ ਬੱਚੋ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ। ਸੋ ਦੇਖੀਏ ਬੱਚੋ, ਕੁਸ਼ਚਨ ਨੰਬਰ 1, ਜਿਹੜਾ ਕਿ ਆਂਸਰ ਕਾਫੀ ਵੱਡਾ ਹੈ, ਸੋ ਇਸ ਕਰਕੇ ਇੱਕੋ ਹੀ ਕੁਸ਼ਚਨ ਕਰ ਰਹੇ ਹਾਂ। ਇਹਨੇ ਰੀ ਰਾਈਟ, ਮਤਲਬ ਕਿ ਮੁੜ ਕੇ ਲਿਖੋ ਕਿ ਦੀ ਆ ਬਲਾਡ ਆਫ ਸਰ ਪ੍ਰਤਾਪ ਸਿੰਘ ਇਨ ਪ੍ਰੋਜ਼। ਪ੍ਰੋਜ਼ ਮੈਨੂੰ ਕਹਿੰਦਾ ਵਾਰਤਕ, ਵੀ ਜਿਹੜੀ ਇਹ ਪੋਇਮ ਹੈਗੀ ਹੈ, ਬਲਾਡ ਦਾ ਮਤਲਬ ਹੁੰਦਾ ਬੱਚੋ ਇੱਕ ਕਿਸਮ ਦੀ ਪੋਇਮ ਦੀ ਇੱਕ ਕਿਸਮ ਹੈ, ਉਹਨੂੰ ਬਲਾਡ ਕਹਿ ਦਿੰਦੇ ਹਾਂ। ਨਰੇਟਿਵ ਪੋਇਮ ਆਫ ਪਾਪੂਲਰ ਓਰੀਜਨ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ, ਠੀਕ ਹੈ। ਸੋ ਆ ਬਲਾਡ ਆਫ ਸਰ ਪ੍ਰਤਾਪ ਸਿੰਘ ਇਨ ਪ੍ਰੋਜ਼, ਤੇ ਵਨ ਸੈਂਟੈਂਸ ਫਾਰ ਈਚ ਸਟੈਂਜ਼ਾ। ਜਿੰਨਾ ਵੀ ਉਹਦੇ ਪਦੇ ਹੈਗੇ ਨੇ, ਜੋ ਸਟੈਂਜ਼ਾ ਹੈਗਾ, ਹਰ ਸਟੈਂਜ਼ੇ ਨੂੰ ਇੱਕ ਸੈਂਟੈਂਸ ਵਿੱਚ ਕਨਵਰਟ ਕਰਕੇ ਤੁਸੀਂ ਉਹਨੂੰ ਵਾਰਤਕ ਰੂਪ ਵਿੱਚ ਲਿਖੋ। ਸੋ ਬੱਚੋ, ਪੋਇਮ ਕਾਫੀ ਲੰਬੀ ਹੈਗੀ ਹੈ, ਸੋ ਇਸ ਕਰਕੇ ਇਹਦਾ ਆਂਸਰ ਹੀ ਲੰਬਾ ਹੋ ਜਾਏਗਾ। ਸੋ ਬੜੀ ਵਧੀਆ ਹੈ, ਤੁਹਾਡੀ ਇੱਕ ਪੋਇਮ ਨੂੰ ਪ੍ਰੋਜ਼ ਵਿੱਚ ਲਿਖਣ ਦੀ ਪ੍ਰੈਕਟਿਸ ਵੀ ਹੋ ਜਾਏਗੀ, ਇੰਗਲਿਸ਼ ਦੀ ਮੁਹਾਰਤ ਵੀ ਹੋ ਜਾਏਗੀ, ਤੇ ਤੁਹਾਨੂੂੰ ਪਤਾ ਲੱਗੇ ਇਹਦੇ ਵਿੱਚ ਤੁਹਾਡਾ ਨਰੇਸ਼ ਚੇਂਜ ਆਫ ਨਰੇਸ਼ਨ ਜਿਹੜਾ ਹੈ, ਡਾਇਰੈਕਟ ਇਨਡਾਇਰੈਕਟ ਸਪੀਚ ਹੈ, ਉਹ ਵੀ ਤੁਹਾਨੂੰ ਪਤਾ ਲੱਗ ਜਾਏ ਕਿਵੇਂ ਅਸੀਂ ਕਰਦੇ ਹਾਂ। ਸੋ ਆ ਰਾਈਡਰ, ਰਾਈਡਰ ਮੈਨੇ ਘੁੜਸਵਾਰ, ਮਤਲਬ ਕਿ ਆ ਰਾਈਡਰ ਵਿਜਿਟਡ ਹਿਸ ਪੈਲੇਸ, ਪੈਲੇਸ ਮੈਨੇ ਹੁੰਦਾ ਮਹਿਲ, ਡਿਊਰਿੰਗ ਦੀ ਫਸਟ ਈਅਰ ਆਫ ਦੀ ਰੂਲ ਆਫ ਪ੍ਰਤਾਪ ਸਿੰਘ। ਭਾਵ ਪ੍ਰਤਾਪ ਸਿੰਘ ਦੇ ਆਪਣਾ ਜੋ ਉਹਦਾ ਰਾਜ ਸੀਗਾ, ਉਹਦਾ ਜੋ ਰਾਜ ਸੀਗਾ, ਉਹਦੇ ਪਹਿਲੇ ਸਾਲ ਵਿੱਚ ਇੱਕ ਘੁੜਸਵਾਰ ਉਹਦੇ ਮਹਿਲ ਵਿੱਚ ਆਇਆ। ਦੀ ਰਾਈਡਰ, ਉਹਦਾ ਘੁੜਸਵਾਰ ਸੀ ਕੌਣ ਸੀ? ਐਨ ਇੰਗਲਿਸ਼ ਮੈਨ, ਉਹ ਇੱਕ ਗੋਰਾ ਸੀ, ਅੰਗਰੇਜ਼ ਸੀ, ਇੰਗਲੈਂਡ ਦਾ ਸੀ, ਐਂਡ ਆ ਥੋਰੋ ਸੋਲਜਰ। ਥੋਰੋ ਸੋਲਜਰ ਮੈਨੇ ਉੱਥੇ ਤੋਂ ਲੈ ਕੇ ਪੈਰ ਤੱਕ, ਵੀ ਪੂਰਨ ਤੌਰ ਤੇ 100% ਉਹ ਫੌਜੀ ਸੀ। ਇਮੀਡੀਏਟਲੀ ਇੰਪ੍ਰੈਸਡ ਦਾ ਕਿੰਗ ਪ੍ਰਤਾਪ ਸਿੰਘ, ਉਹਨੇ ਯਕਦਮ ਰਾਜੇ ਨੂੰ ਪ੍ਰਭਾਵਿਤ ਕਰ ਲਿਆ ਪ੍ਰਤਾਪ ਸਿੰਘ ਨੂੰ। ਪ੍ਰਤਾਪ ਸਿੰਘ ਜੋ ਰਾਜਾ ਸੀ ਉਸ ਵੇਲੇ ਦਾ, ਉਹ ਇੱਕੋ ਦਮ ਉੱਤੋਂ ਉਹਦੀ ਦਿੱਖ ਤੋਂ ਉਹਨੂੰ ਮਿਲ ਕੇ ਪਹਿਲੀ ਸੱਟੇ ਹੀ ਉਹ ਤੋਂ ਬੜਾ ਪ੍ਰਭਾਵਿਤ ਹੋ ਗਿਆ। ਦੇ ਬਿਕੇਮ ਫਾਸਟ ਫਰੈਂਡਸ, ਫਾਸਟ ਫਰੈਂਡ ਹੁੰਦਾ ਗੂੜੇ, ਉਹ ਬੜੇ ਗੂੜੇ ਮਿੱਤਰ ਬਣ ਗਏ। ਉਹ ਰੋਡ ਟੁਗੈਦਰ ਅੰਡਰ ਦੀ ਮਾਰਨਿੰਗ ਐਂਡ ਈਵਨਿੰਗ ਸਕਾਈਜ਼, ਤੇ ਉਹ ਸਵੇਰ ਦੇ ਅਤੇ ਸ਼ਾਮਾਂ ਦੇ ਆਕਾਸ਼ ਦੇ ਥੱਲੇ ਰਲ ਕੇ ਘੁੜਸਵਾਰੀ ਕਰਦੇ, ਰੋਡ ਬਣੇ ਬਾਹਰ ਨਿਕਲ ਜਾਂਦੇ ਘੋੜਿਆਂ ਤੇ, ਐਂਡ ਐਗਰੀਡ ਔਨ ਦੀ ਵਨਨੈਸ ਆਫ ਗੁੱਡ ਵਾਰਸ, ਤੇ ਜਿਹੜੇ ਚੰਗੀਆਂ ਜੰਗਾਂ ਹੁੰਦੀਆਂ, ਚੰਗੇ ਕਿਸਮ ਦੀਆਂ ਜੰਗਾਂ ਹੁੰਦੀਆਂ, ਉਹ ਉਹਨਾਂ ਦੀ ਜੋ ਏਕਾਪਨ ਉਹ ਜਿਹੜੀ ਸਾਂਝੀ ਇੱਕ ਗੱਲ ਹੈਗੀ ਹੈ, ਉਹ ਤੇ ਉਹ ਦੋਨੋਂ ਸਹਿਮਤ ਸੀਗੇ, ਠੀਕ ਹੈ। ਦੇ ਸ਼ੇਅਰ ਦੇਅਰ ਟੇਲਸ ਆਫ ਦੀ ਲਵ ਆਫ ਵੁਮਨ, ਉਹਨਾਂ ਨੇ ਆਪਣੀਆਂ ਆਪਣੀਆਂ ਜੰਗਾਂ ਦੀਆਂ ਕਹਾਣੀਆਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਕਿ ਮੈਂ ਉੱਥੇ ਮੇਰਾ ਫਲਾਨੀ ਔਰਤ ਨਾਲ ਪ੍ਰੇਮ ਪੈ ਗਿਆ, ਜਾਂ ਜੋ ਵੀ ਉਹਨਾਂ ਨੇ ਆਪਣੇ ਜਨਾਨੀਆਂ ਦੀ ਕਹਾਣੀਆਂ ਦੱਸੀਆਂ ਆਪਣੀਆਂ, ਐਂਡ ਐਕਨੋਲੇਜਡ। ਪਰ ਇਸ ਗੱਲ ਤੇ ਉਹ ਉਹਨਾਂ ਨੇ ਇਹ ਗੱਲ ਮੰਨੀ, ਅਸਹਿਮਤ ਹੋਈ, ਦੈਟ ਦੇਅਰ ਫਸਟ ਲਵ ਵਾਜ਼ ਅ ਸੋਲਜਰ। ਪਰ ਉਹਨਾਂ ਦਾ ਪਹਿਲਾ ਜੋ ਅਸਲੀ ਪਿਆਰ ਸੀ, ਭਾਵ ਜਿਹੜਾ ਭਾਵੇਂ ਉਹ ਕਈ ਜਨਾਨੀਆਂ ਨੂੰ ਜੰਗਾਂ ਦੇ ਦੌਰਾਨ ਇੱਧਰ ਉੱਧਰ ਮਿਲੇ,
ਪਰ ਜੋ ਉਹਨਾਂ ਦਾ ਪਹਿਲਾ ਪਿਆਰ ਸੀ ਉਹ ਸੀ ਫੌਜ ਫੌਜੀ। ਇਹ ਉਹਨਾਂ ਦਾ ਪਹਿਲਾ ਅਸਲ ਪਿਆਰ, ਗੂੜਾ ਪਿਆਰ ਉਹ ਇੱਕ ਫੌਜੀ ਹੀ ਸੀ। ਹਾਊਐਵਰ ਪਰ ਦੇਅਰ ਜੁਆਏ ਆਫ ਬੀਇੰਗ ਟੁਗੈਦਰ ਕੇਮ ਟੂ ਐਨ ਐਂਡ, ਪਰ ਉਹਨਾਂ ਦਾ ਇਕੱਠੇ ਰਹਿਣ ਦਾ ਜੋ ਇੱਕ ਖੁਸ਼ੀ ਦਾ ਸਬੱਬ ਸੀ, ਕਿ ਉਹ ਇਕੱਠੇ ਘੁੰਮ ਰਹੇ ਸੀਗੇ, ਘੋੜਸਵਾਰੀ ਕਰ ਰਹੇ ਸੀ, ਗੱਲਾਂ ਕਰਦੇ ਸੀਗੇ ਇੱਕ ਦੂਜੇ ਨਾਲ, ਆਪਣੀ ਕਿਸੇ ਖਾਸ ਗੱਲਾਂ ਤੇ ਸਹਿਮਤੀ ਜਤਾਉਂਦੇ ਸੀਗੇ, ਕਹਿੰਦੇ ਦੇਅਰ ਜੁਆਏ ਆਫ ਬੀਇੰਗ ਟੁਗੈਦਰ ਕੇਮ ਟੂ ਐਨ ਐਂਡ, ਉਹ ਮੁੱਕ ਗਿਆ, ਖਤਮ ਹੋ ਗਿਆ। ਕਿੱਦਾਂ? ਵਿਦ ਦੀ ਡੈਥ ਆਫ ਕਿੰਗ ਪ੍ਰਤਾਪਸ ਫਰੈਂਡ, ਉਹ ਪ੍ਰਤਾਪ ਦਾ ਜੋ ਦੋਸਤ ਸੀਗਾ ਗੋਰਾ ਉਹ ਮਰ ਗਿਆ, ਐਂਡ ਵਿਦ ਅ ਹੈਵੀ ਹਾਰਟ, ਤੇ ਬੜੇ ਭਾਰੀ ਮਨ ਦੇ ਨਾਲ, ਭਾਰੀ ਦਿਲ ਦੇ ਨਾਲ, ਦੇ ਪੁੱਟ ਹਿਸ ਬੋਡੀ ਇਨਟੂ ਅ ਕੋਫਿਨ। ਕੋਫਿਨ ਉਹ ਤਾਬੂਤ ਜਿਹੜਾ ਉਹ ਲੱਕੜ ਦਾ ਬਣਿਆ ਹੁੰਦਾ ਹੈ, ਜਿਹਦੇ ਵਿੱਚ ਲਾਸ਼ ਨੂੰ ਪਾਇਆ ਜਾਂਦਾ। ਕਹਿੰਦੇ ਉਹਦੇ ਮ੍ਰਿਤਕ ਦੇਹ ਨੂੰ ਉਹ ਤਾਬੂਤ ਦੇ ਵਿੱਚ ਬੜੇ ਭਰੇ ਮਨ ਦੇ ਨਾਲ, ਬੜੇ ਭਾਰੀ ਦਿਲ ਦੇ ਨਾਲ ਉਹਨਾਂ ਨੇ ਉਸਨੂੰ, ਬੜੀ ਬੜੇ ਦੁਖੀ ਹਿਰਦੇ ਦੇ ਨਾਲ ਉਸਨੇ ਉਹਦੇ ਮ੍ਰਿਤਕ ਸਰੀਰ ਨੂੰ ਤਾਬੂਤ ਵਿੱਚ ਪਾਇਆ। ਫਿਰ ਕਹਿੰਦੇ ਓਨਲੀ 3 ਮੈਨ ਆਫ ਦੀ ਇੰਗਲਿਸ਼ ਮੈਨਸ ਫੇਥ, ਇੰਗਲਿਸ਼ ਮੈਨਸ ਫੇਥ ਉਹਨੇ ਉਹਦਾ ਵਿਸ਼ਵਾਸ ਭਰੋਸਾ ਪਾਵਰ ਧਰਮ, ਓਨਲੀ 3 ਮੈਨ ਆਫ ਦੀ ਇੰਗਲਿਸ਼ ਮੈਨਸ ਫੇਥ ਵਰ ਇਨ ਦੀ ਇੰਟਾਇਰ ਜੋਧਪੁਰ। ਜੋਧਪੁਰ ਮੈਨੂੰ ਇਲਾਕਾ ਜਿੱਥੇ ਦਾ ਪ੍ਰਤਾਪ ਸਿੰਘ ਰਾਜਾ ਸੀਗਾ। ਕਹਿੰਦੇ ਸਾਰੇ ਜੋਧਪੁਰ ਵਿੱਚ ਉਸ ਅੰਗਰੇਜ਼ ਦੇ ਧਰਮ ਦੇ ਇਕੱਲੇ ਤਿੰਨ, ਸਿਰਫ 3 ਬੰਦੇ ਸੀਗੇ, ਓਨਲੀ 3 ਮੈਨ। ਤੇ ਬੱਚੇ ਅਸੀਂ ਜਾਣਦੇ ਹਾਂ ਅਰਥੀ ਨੂੰ ਚੱਕਣ ਲਈ ਜਿਹੜਾ ਉਹ ਚੱਕਦੇ ਆ, ਮੁਰਦਾ ਚੱਕ ਕੇ ਲੈ ਕੇ ਜਾਈਦਾ ਹੈ। ਕਹਿੰਦੇ ਨਾ ਉਹਦੇ ਲਈ 4 ਬੰਦੇ ਚਾਹੀਦੇ ਨੇ, 4 ਮੁੰਡੇ ਚਾਹੀਦੇ ਹੁੰਦੇ ਨੇ, ਹਨਾ। ਪਰ ਕਹਿੰਦੇ ਓਨਲੀ 3 ਮੈਨ ਆਫ ਦੀ ਇੰਗਲਿਸ਼ ਮੈਨਸ ਫੇਥ ਵਰ ਇਨ ਦੀ ਇੰਟਾਇਰ ਜੋਧਪੁਰ। ਸਾਰੇ ਜੋਧਪੁਰ ਵਿੱਚ 3 ਬੰਦੇ ਸੀ ਉਹਦੇ ਧਰਮ ਦੇ। ਸੋ ਦੇ ਸਜੈਸਟਡ, ਪਰ ਲੋਕਾਂ ਨੇ ਉਹ ਕੀਤਾ, ਸਲਾਹ ਦਿੱਤੀ ਕਿ ਸਵੀਪਰ ਮੈਨੇ ਭੰਗੀ ਜੋ ਝਾੜੂ ਪੋਚਾ ਲਾਉਂਦਾ, ਗਲੀਆਂ ਸਾਫ਼ ਕਰਦਾ ਹੈ, ਨਾਲੀਆਂ ਸਾਫ਼ ਕਰਦਾ ਹੈ, ਦੇ ਸਜੈਸਟਡ ਅ ਸਵੀਪਰ ਹੂ ਡਿਡ ਨਾਟ ਰਿਸਕ ਲੂਜ਼ਿੰਗ ਹਿਸ ਕਾਸਟ, ਕਿ ਉਹ ਤੇ ਨੀਵੀਂ ਜਾਤ ਦਾ ਹੁੰਦਾ ਹੈ, ਤੇ ਕਹਿੰਦੇ ਉਹਨੂੰ ਕੋਈ ਆਪਣੀ ਜਾਤ ਗਵਾਉਣ ਦਾ ਖਤਰਾ ਨਹੀਂ ਸੀਗਾ, ਐਜ਼ ਅ ਫੋਰਥ ਪਰਸਨ ਟੂ ਸ਼ੋਲਡਰ ਬੀਅਰ। ਇੱਥੇ ਬੀਅਰ ਦਾ ਮਤਲਬ ਹੈ ਬੱਚੇ ਉਹੀ ਅਰਥੀ ਜਿਹੜੀ ਹੁੰਦੀ ਹੈ, ਜੇ ਤੇ ਪਾ ਕੇ ਮ੍ਰਿਤਕ ਦੇਹ ਨੂੰ ਲਿਜਾਇਆ ਜਾਂਦਾ ਹੈ, ਉਹਨੂੰ ਕਿਹਾ ਜਾਂਦਾ ਬੀਅਰ, ਠੀਕ ਹੈ। ਕਹਿੰਦੇ ਵੀ ਉਹ ਬਾਕੀ ਜਿਹੜੇ ਹੋਰ ਬੰਦੇ ਤੇ ਮੋਹਰੇ ਆਏ ਨਹੀਂ, ਕਿਉਂਕਿ ਇਹ ਹਿੰਦੂ ਸਮਾਜ ਵਿੱਚ ਜੋ ਇੱਕ ਜਾਤ ਪਾਤ ਦਾ ਕੋਡ ਹੈਗਾ ਉਹਦੀ ਗੱਲ ਕੀਤੀ ਹੋਈ ਹੈ। ਇੱਥੇ ਬੱਚੇ ਇੱਥੇ ਕਾਸਟ ਦੇ ਬਾਅਦ ਨਾ ਇੱਥੇ ਕੌਮਾ ਆਉਣਾ, ਫਲੇ ਫੁੱਲ ਸਟੋਪ ਨਹੀਂ ਹੈਗਾ, ਇਹ ਕੌਮਾ ਹੈਗਾ, ਠੀਕ ਹੈ, ਕੌਮਾ, ਠੀਕ ਹੈ, ਐਜ਼ ਅ ਫੋਰਥ ਪਰਸਨ। ਕਿ ਚੌਥਾ ਬੰਦਾ ਉਹਨਾਂ ਨੇ ਸਲਾਹ ਦਿੱਤੀ ਲੋਕਾਂ ਨੇ, ਉਹ ਭੰਗੀ ਜਿਹੜਾ ਹੈਗਾ ਝਾੜੂ ਪੋਚਾ ਲਾਉਂਦਾ ਹੈ, ਉਹਦੀ ਕਿਹੜੀ, ਉਹ ਤੇ ਨੀਵੀਂ ਜਾਤ ਹੈ, ਉਹਨੇ ਜਾਤ ਗਵਾ, ਉਹਦੀ ਤੇ ਕੋਈ ਜਾਤ ਗਵਾਉਣੀ ਨਹੀਂ ਹੈਗੀ, ਉਹਦਾ ਕੋਈ ਜਾਤ ਦਾ, ਹੂ ਡਿਡ ਨਾਟ ਰਿਸਕ ਲੂਜ਼ਿੰਗ ਹਿਸ ਕਾਸਟ, ਵੀ ਉਹਨੇ ਉਹਦੇ ਵਿਚਾਰਾ ਅਤਰ ਨੀਵੀਂ ਜਾਤ ਦਾ, ਉਹਦੀ ਕਿਹੜੀ ਜਾਤ ਨੂੰ ਕੁਛ ਹੋਣਾ ਹੈ, ਐਜ਼ ਅ ਫੋਰਥ ਪਰਸਨ ਟੂ ਸ਼ੋਲਡਰ ਦੀ ਬੀਅਰ, ਵੀ ਮੁੰਡੇ ਨੂੰ, ਵੀ ਉਹ ਅਰਥੀ ਨੂੰ ਮੁੰਡਾ ਦੇਣ ਲਈ, ਮ੍ਰਿਤਕ ਦੇਹ ਨੂੰ ਮੁੰਡਾ ਦੇਣ ਲਈ ਉਹ ਚੌਥਾ ਬੰਦਾ ਉਹਨੂੰ ਮੰਗਵਾ ਲਵੋ। ਪ੍ਰਤਾਪ ਸਿੰਘ ਡਿਸਮਿਸ ਦਾ ਆਈਡੀਆ, ਉਹਨੇ ਇਸ ਵਿਚਾਰ ਨੂੰ ਖਾਰਜ ਕਰ ਦਿੱਤਾ, ਡਿਸਮਿਸ ਦਾ ਆਈਡੀਆ ਉਹਨੇ ਖਾਰਜ ਕਰਤਾ, ਐਂਡ ਆਫਰ ਟੂ ਲਿਫਟ ਦੀ ਕੋਫਨ, ਤੇ ਆਪ ਮੁਰੇ ਹੋਇਆ, ਕਹਿੰਦਾ ਵੀ ਮੈਂ ਉਹਦਾ ਜਿਹੜਾ ਤਾਬੂਤ ਹੈਗਾ ਉਹ ਮੈਂ ਚੱਕਾਂਗਾ। ਦੀ ਬ੍ਰਾਹਮਣਸ ਐਡਵਾਈਜ਼ ਹਿਮ ਟੂ ਬੀ ਵਾਈਜ਼ ਐਂਡ ਕੌਸ਼ਨਡ ਦੈਟ ਦੀ ਕਾਸਟ ਵੰਸ ਲੋਸਟ ਵੁੱਡ ਬੀ ਲੋਸਟ ਫੋਰ ਐਵਰ। ਜਿਹੜੇ ਬ੍ਰਾਹਮਣ ਸੀਗੇ, ਪੁਜਾਰੀ ਸੀਗੇ, ਉਹਨਾਂ ਨੇ ਉਹਨੂੰ ਸਲਾਹ ਦਿੱਤੀ ਵੀ ਭਾਈ ਸਿਆਣਾ ਬਣ, ਪ੍ਰਤਾਪ ਸਿੰਘ ਨੂੰ ਕਿਹਾ, ਐਂਡ ਕੌਸ਼ਨਡ, ਅਤੇ ਉਹਨੂੰ ਸਾਵਧਾਨ ਕੀਤਾ, ਚੇਤੰਨ ਕੀਤਾ, ਭਾਵ ਉਹਨੂੰ ਮਤਲਬ ਕਿ ਉਹਨੂੰ ਮਤਲਬ ਕਿ ਵੰਗਾਰ ਪਾਈ ਇਸ ਗੱਲ ਦੀ, ਉਹਨੂੰ ਮਤਲਬ ਕਿ ਵੰਗਾਰ ਨਹੀਂ ਪਾਈ, ਮਤਲਬ ਕਿ ਉਹਨੂੰ ਚੇਤੰਨ ਕੀਤਾ, ਉਹਨੂੰ ਸਾਵਧਾਨ ਕੀਤਾ, ਦੈਟ ਦੀ ਕਾਸਟ ਵੰਸ ਲੋਸਟ ਵੁੱਡ ਬੀ ਲੋਸਟ ਫੋਰ ਐਵਰ। ਵੀ ਉਹ ਗੋਰਾ ਹੈਗਾ, ਬਗਾਨੇ ਮੁਲਕ ਦਾ ਹੈਗਾ, ਉਹ ਸਾਡੇ ਧਰਮ ਦਾ ਨਹੀਂ ਹੈਗਾ, ਤੇ ਜੇ ਤੂੰ ਉਹਨੂੰ ਮੋਢਾ ਦਿੱਤਾ ਤੇ ਤੇਰੀ ਜਾਤ ਭ੍ਰਿਸ਼ਟ ਹੋ ਜਾਏਗੀ, ਤੇ ਜਾਤ ਇੱਕ ਵਾਰ ਗਈ ਜੇ ਗੁਆਚ ਗਈ ਤੇ
ਇਹ ਹਮੇਸ਼ਾ ਲਈ ਚਲੀ ਜਾਏਗੀ ਭਈ, ਇਹ ਧੱਬਾ ਤੇਰੇ ਤੇ ਲੱਗ ਜਾਏਗਾ ਤੇ ਉਹ ਐਪੀ ਤੇਰੀ ਯਾਦ ਦੇ ਉੱਤੇ ਇਹ ਲਾਂਛਣ ਲੱਗ ਜਾਏਗੀ। ਪ੍ਰਤਾਪ ਸਿੰਘ ਇਨਸਿਸਟਿਡ ਔਨ ਲਿਫਟਿੰਗ ਦ ਵੇਅਰ, ਪਰ ਉਹਨੇ ਅੜੀ ਕੀਤੀ ਐਂਡ ਸੈਡ ਹੀ ਹੈਡ ਆਲਰੇਡੀ ਲੋਸਟ ਹਿਸ ਡੀਅਰ ਫਰੈਂਡ। ਉਹਨੇ ਕਿਹਾ ਯਾਦ ਤੇ ਛੱਡੋ, ਉਹ ਤੇ ਆਪਣਾ ਬੜਾ ਪਿਆਰਾ ਦੋਸਤ ਪਹਿਲਾਂ ਹੀ ਗਵਾ ਚੁੱਕਾ ਸੀਗਾ ਤੇ ਉਹਨੇ ਇਸ ਗੱਲ ਦੀ ਮਤਲਬ ਕਿ ਨਾ ਮੰਨੀ, ਉਹਨੇ ਅੜੀ ਕਰਕੇ ਰੱਖੀ ਕਿ ਉਹ ਲਿਫਟਿੰਗ ਦਾ ਬੀਅਰ ਮੈਨੇ ਪੀ, ਉਹ ਉਹਨੂੰ ਅਰਥੀ ਨੂੰ ਮੋਢਾ ਦਊਗਾ। ਠੀਕ ਹੈ, ਫਿਰ ਸੋ ਇਸ ਕਰਕੇ ਪ੍ਰਤਾਪ ਸਿੰਘ ਲਿਫਟਿਡ ਹਿਸ ਫਰੈਂਡ ਕੋਰਪਸ, ਉਹਨੇ ਆਪਣੇ ਦੋਸਤ ਦੀ ਮ੍ਰਿਤਕ ਦੇਹ, ਕੋਰਪਸ ਨੇ ਮ੍ਰਿਤਕ ਦੇਹ ਚੱਕੀ ਐਂਡ ਦੀ ਇੰਟਾਇਰ ਜੋਧਪੁਰ ਸਾਹਿਬ, ਇਹ ਸਾਰੇ ਜੋਧਪੁਰ ਨੇ ਇਹ ਨਜ਼ਾਰਾ ਦੇਖਿਆ ਕਿ ਰਾਜਾ ਪ੍ਰਤਾਪ ਸਿੰਘ ਜੋ ਕਿ ਰਾਜਪੂਤ ਜਾਤ ਦਾ ਸੀਗਾ, ਉਹਨੇ ਹੈ ਇੱਕ ਗੋਰੇ ਦੀ ਅਰਥੀ ਨੂੰ ਮੁੰਡਾ ਦਿੱਤਾ। ਦੀ ਨੈਕਸਟ ਮਾਰਨਿੰਗ, ਅਗਲੀ ਸਵੇਰ, ਦੀ ਬ੍ਰਾਹਮਣਸ ਅਰਾਈਵਡ, ਜਿਹੜੇ ਬ੍ਰਾਹਮਣ ਸੀਗੇ ਉਹ ਆਏ, ਪੁਜਾਰੀ ਆਏ, ਬੋਅਡ ਟੂ ਦਾ ਕਿੰਗ, ਰਾਜੇ ਦੇ ਮੋਹਰੇ ਭਾਵੇਂ ਝੁਕੇ ਵੀ, ਉਹਨੂੰ ਸਜਦਾ ਵੀ ਕੀਤਾ ਐਂਡ ਮੋਂਡ ਮੋਂਡ ਮਨੇ ਮਲੀ ਐਂਡ ਰੋਣਾ ਰੋਇਆ, ਮਲੀ ਆਪਣਾ ਰੰਡੀ ਰੋਣਾ ਰੋਇਆ, ਦੈਟ ਅ ਫੀਅਰਫੁਲ ਥਿੰਗ ਹੈਡ ਅਕਰਡ ਇਨ ਜੋਧਪੁਰ ਦੀ ਪ੍ਰੀਵੀਅਸ ਡੇ, ਕਿ ਬੀਤੇ ਦਿਨ ਜੋ ਦਿਨ ਲੰਘਿਆ ਸੀਗਾ ਉਦੋਂ ਇੱਕ ਬੜੀ ਭਿਆਨਕ ਗੱਲ, ਬੜੀ ਮਾੜੀ ਗੱਲ, ਬੜੀ ਫੀਅਰਫੁਲ, ਬੜੀ ਡਰਾਉਣੀ ਗੱਲ ਜੋਧਪੁਰ ਦੇ ਵਿੱਚ ਵਾਪਰੀ ਸੀ। ਪ੍ਰਤਾਪ ਸਿੰਘ ਸੈਡ ਯੈਸ, ਕਹਿੰਦੇ ਹਾਂ ਵਾਪਰੀ ਸੀ, ਹੀ ਹੈਡ ਲੋਸਟ ਹਿਸ ਡੀਅਰ ਫਰੈਂਡ, ਉਹਨੇ ਆਪਣਾ ਬੜਾ ਪਿਆਰਾ ਮਿੱਤਰ ਗਵਾ ਲਿਆ। ਬਲੀ ਪ੍ਰਤਾਪ ਸਿੰਘ ਵਾਸਤੇ ਤਾਂ ਇਹ ਮਾੜੀ ਗੱਲ ਸੀ। ਦੀ ਪ੍ਰੀਸਟ ਸੈਡ ਇਟ ਵਾਜ਼ ਮੋਰ ਟੈਰੀਬਲ ਦੈਟ ਦੀ ਕਿੰਗ ਹੈਡ ਲੋਸਟ ਹਿਸ ਕਾਸਟ, ਪਰ ਜਿਹੜੇ ਉਹ ਪਾਦਰੀ ਸੀਗੇ ਜਾਤ ਪਾਤ ਵਿੱਚ ਦੇ ਅਹੰਕਾਰ ਵਿੱਚ ਅੰਨੇ ਹੋਏ, ਜਿਹੜੇ ਪੁਜਾਰੀ ਸੀਗੇ ਪ੍ਰੀਸਟ, ਉਹਨਾਂ ਨੇ ਕਿਹਾ ਵੀ ਜ਼ਿਆਦਾ ਡਰਾਉਣੀ ਗੱਲ, ਜ਼ਿਆਦਾ ਖਤਰਨਾਕ ਗੱਲ ਇਹ ਸੀ ਕਿ ਰਾਜੇ ਨੇ ਆਪਣੀ ਜਾਤ ਗਵਾ ਲਈ, ਵੀ ਉਹਨਾਂ ਨੂੰ ਉਹਦੇ ਦੋਸਤ ਦੇ ਮਰੇ ਦਾ ਕੋਈ ਨਹੀਂ ਸੀਗਾ। ਕਹਿੰਦੇ ਦੋਸਤ ਜੋ ਤੂੰ ਗਵਾਇਆ ਸੋ ਗਵਾਇਆ, ਉਹ ਤੋਂ ਜ਼ਿਆਦਾ ਖਤਰਨਾਕ ਗੱਲ, ਉਹ ਤੋਂ ਜ਼ਿਆਦਾ ਮਾੜੀ ਗੱਲ ਇਹ ਹੋਈ ਹੈ ਕਿ ਤੂੰ ਆਪਣੀ ਜਾਤ ਗਵਾ ਲਈ, ਤੂੰ ਇੱਕ ਗੋਰੇ ਦੇ ਜੋ ਸਾਡੇ ਧਰਮ ਦਾ ਨਹੀਂ ਉਹਨੂੰ ਮੁੰਡਾ ਦੇ ਕੇ ਤੂੰ ਭ੍ਰਿਸ਼ਟ ਹੋ ਗਿਆ। ਐਟ ਦਿਸ, ਇਹ ਗੱਲ ਸੁਣ ਕੇ ਪ੍ਰਤਾਪ ਸਿੰਘ ਆਈਜ਼ ਲਾਈਟਡ ਵਿਦ ਇਨ ਐਂਗਰ, ਗੁੱਸੇ ਵਿੱਚ ਪ੍ਰਤਾਪ ਸਿੰਘ ਦੀਆਂ ਅੱਖਾਂ ਮਤਲਬ ਕਿ ਚਮਕਣ ਲੱਗ ਪਈਆਂ, ਪੱਕ ਗਈਆਂ, ਐਂਡ ਹੀ ਸੈਡ, ਅਤੇ ਉਹਨੇ ਕਿਹਾ ਦੀ ਪ੍ਰੀਸ ਹੈਡ ਨੈਵਰ ਅੰਡਰਸਟੂਡ ਵਟ ਦੇ ਅਟਡ, ਕਿ ਜਿਹੜੇ ਪੁਜਾਰੀ ਸੀਗੇ ਜੋ ਉਪਦੇਸ਼ ਕਰਦੇ ਸੀਗੇ ਉਹਦੀ ਭਾਵਨਾ ਨੂੰ ਉਹਨਾਂ ਨੇ ਖੁਦ ਕਦੀ ਨਹੀਂ ਸਮਝਿਆ ਕਿ ਉਹ ਕਿਹੜੇ ਸ਼ਲੋਕ ਪੜ੍ਹਦੇ ਨੇ, ਕਿਹੜੇ ਮੰਤਰ ਪੜ੍ਹਦੇ ਨੇ, ਵੀ ਭਾਵ ਜਿਹੜੇ ਪੁਜਾਰੀ ਸੀਗੇ ਬੇਅਕਲੇ ਸੀਗੇ, ਉਹ ਸਿਰਫ ਜ਼ਬਾਨ ਦੇ ਨਾਲ ਮੰਤਰ ਪੜ੍ਹਦੇ ਸੀਗੇ, ਉਹਨਾਂ ਨੇ ਉੱਥੋਂ ਕੋਈ ਗਿਆਨ ਨਹੀਂ ਪ੍ਰਾਪਤ ਕੀਤਾ, ਉਹਨਾਂ ਨੇ ਮਨੁੱਖਤਾ ਦੀ ਗੱਲ ਨਹੀਂ ਸਿੱਖੀ। ਹੀ ਫਰਦਰ ਐਡਿਡ, ਉਹ ਪ੍ਰਤਾਪ ਸਿੰਘ ਨੇ ਹੋਰ ਅੱਗੇ ਗੱਲ ਜੋੜੀ, ਉਹਨੇ ਕਿਹਾ ਦੈਟ ਹਿਸ ਕਾਸਟ ਵਾਜ਼ ਅਬਵ ਦੈਟ ਆਫ ਅ ਬ੍ਰਾਹਮਣ ਔਰ ਅ ਰਾਜਪੂਤ, ਕਹਿੰਦੇ ਉਹਦੀ ਜਾਤ ਜਿਹੜੀ ਹੈ ਨਾ ਉਹ ਬ੍ਰਾਹਮਣ ਦੀ ਜਾਤ ਜਾਂ ਰਾਜਪੂਤ ਦੀ ਜਾਤ ਤੋਂ ਉੱਚੀ ਸੀਗੀ, ਉਹਦੀ ਜਾਤ ਉੱਚੀ ਹੈ। ਹਿਸ ਕਾਸਟ ਵਾਜ਼ ਵਾਈਡ ਐਜ਼ ਦੀ ਵਰਲਡ, ਉਹਦੀ ਜਾਤ ਜਿੰਨੀ ਦੁਨੀਆ ਵਿਸ਼ਾਲ ਹੈ ਉਨੀ ਵਿਸ਼ਾਲ ਹੈ, ਫ੍ਰੀ ਐਜ਼ ਦੀ ਏਅਰ, ਤੇ ਜਿਵੇਂ ਹਵਾ ਆਜ਼ਾਦ ਹੈ ਉਹਦੀ ਜਾਤ ਵੀ ਉਸ ਤਰ੍ਹਾਂ ਆਜ਼ਾਦ ਹੈ, ਐਂਡ ਦੀ ਕਾਸਟ ਆਫ ਆਲ ਨੋਬਲ ਹਾਰਟਸ, ਤੇ ਜਿੰਨੇ ਵੀ ਨੇਕ ਦਿਲ ਇਨਸਾਨ ਨੇ ਮੇਰੀ ਜਾਤ ਉਹਨਾਂ ਨਾਲ ਰਲਦੀ ਹੈ, ਭਾਵ ਇਨਸਾਨੀਅਤ ਦੀ ਜਾਤ ਇੱਕੋ ਹੀ ਹੈ। ਗੁਰੂ ਸਾਹਿਬ ਨੇ ਵੀ ਕਿਹਾ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਕੋ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਕਹਿੰਦੇ ਨੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚਲੇ ਬਹੁਤ ਵਿਕਾਰਾ, ਇਹ ਮੂਰਖ ਤੇ ਗਵਾਰ ਆਪਣੀ ਜਾਤ ਦਾ ਹੰਕਾਰ ਨਾ ਕਰ, ਇਸ ਜਾਤ ਦੇ ਹੰਕਾਰ ਦੇ ਨਾਲ ਬੜੇ ਵਾਦ ਵਿਵਾਦ ਝਗੜੇ ਚ ਮਿਲੇ ਸਮਾਜ ਵਿੱਚ ਪਨਪਦੇ ਨੇ, ਅਸੀਂ ਜਾਣਦੇ ਹੀ ਹਾਂ ਬੱਚਿਓ ਇਦਾਂ ਹੁੰਦਾ, ਕਈ ਬੇਦੋਸ਼ੀ ਲੋਕ ਮਾਰੇ ਜਾਂਦੇ ਨੇ, ਕਿੰਨਾ ਘਰਾਂ ਚ ਕਲੇਸ਼ ਹੁੰਦਾ। ਸੋ ਗੁਰੂ ਸਾਹਿਬ ਜੀ ਹੋਰ ਬੜਾ ਸੋਹਣਾ ਕਹਿੰਦੇ ਨੇ, ਬੜੀ ਕਮਾਲ ਦੀ ਗੱਲ ਕਹੀ, ਕਹਿੰਦੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ,
ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਜਗ੍ਹਾ ਤੇ ਵੀ ਕਹਿੰਦੇ ਕਹਿੰਦੇ ਜਾਤ ਜਨਮ ਨੇ ਪੁੱਛੀਏ ਸੱਚ ਕਰ ਲਿਓ ਬਤਾਏ, ਬੰਦੇ ਕੋ ਉਹਦੀ ਜਾਤ ਨਾ ਪੁੱਛੋ, ਉਹਦਾ ਜਨਮ ਕਿੱਥੇ ਹੋਇਆ, ਕਿਹੜੇ ਘਰ ਚ ਹੋਇਆ, ਕਿਹੜੇ ਖਾਨਦਾਨ ਚ ਹੋਇਆ, ਇਹ ਨਾ ਪੁੱਛੋ, ਸੱਚ ਕਰ ਲਿਓ ਬਤਾਏ। ਉਹਦੇ ਹਿਰਦੇ ਰੂਪੀ ਘਰ ਵਿੱਚ ਸੱਚ ਦਾ ਕਿੰਨਾ ਪ੍ਰਕਾਸ਼ ਹੈ, ਉਹ ਚ ਕਿੰਨੇ ਗੁਣ ਹੈਗੇ ਨੇ ਉਹਨੂੰ ਦੇਖੋ। ਸਾ ਜਾਤ ਸਾ ਪਤ ਹੈ ਜੇਹੇ ਕਰਮ ਕਮਾਏ। ਮਨੁੱਖ ਦੀ ਜਾਤ, ਮਨੁੱਖ ਦੀ ਇੱਜ਼ਤ, ਮਨੁੱਖ ਦੀ ਪਤ ਉਹੀ ਹੁੰਦੀ ਹੈ ਜਿਹੋ ਜਿਹੇ ਉਹ ਕੰਮ ਕਰਦਾ ਹੈ। ਜਿਹੜਾ ਮਨੁੱਖ ਚੰਗੇ ਕੰਮ ਕਰਦਾ ਹੈ ਉਹਦੀ ਚੰਗੀ ਜਾਤ ਹੈ, ਜਿਹੜਾ ਮਨੁੱਖ ਭੈੜੇ ਕੰਮ ਕਰਦਾ ਹੈ ਉਹਦੀ ਭੈੜੀ ਜਾਤ ਹੈ। ਸ਼ੁਭ ਅਮਲਾਂ ਵਾਜੋ ਦੋਨੋਂ ਰੋਈ। ਸੋ ਬੱਚਿਓ ਇਹ ਜਿਹੜੀ ਸੀ ਇਹ ਕਹਾਣੀ ਹੈ, ਜਿਹੜੀ ਪੋਇਮ ਹੈਗੀ ਹੈ, ਬੜੀ ਪ੍ਰੇਰਣਾਦਾਇਕ ਹੈਗੀ ਹੈ। ਸੋ ਕਹਿੰਦੇ ਆਫ ਆਲ ਨੋਬਲ ਹਾਰਟਸ, ਜਿੰਨੇ ਵੀ ਨੇਕ ਦਿਲ ਇਨਸਾਨ ਨੇ ਮੇਰੀ ਜਾਤ ਉਹਨਾਂ ਨਾਲ ਰਲਦੀ ਹੈ, ਐਂਡ ਇਟ ਵਾਜ ਐਨੀ ਟਰੂ ਸੋਲਜਰਸ ਰੀਅਲ ਫੇਥ। ਤੇ ਕਿਸੇ ਵੀ ਸੱਚੇ ਫੌਜੀ ਦਾ ਅਸਲੀ ਧਰਮ ਜਿਹੜਾ ਹੈ ਉਹ ਇਹੀ ਹੈ। ਸੋ ਉਹਨੇ ਰਾਜਾ ਆਪਣਾ ਜਿਹੜਾ ਸੀਗਾ ਪ੍ਰਤਾਪ ਸਿੰਘ ਨੇ ਉਸ ਸੌੜੀ ਜਾਤ ਦੇ ਅਧੀਨ ਜਿਹੜੇ ਜਿਹੜੇ ਸ਼ਿਕਾਰ ਪੁਜਾਰੀ ਸੀਗੇ ਉਹਨਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਤੇ ਕਿਹਾ ਵੀ ਤੁਹਾਡੀ ਜਾਤ ਪਾਤ ਦਾ ਜਿਹੜਾ ਹੈ ਵਰਣ ਜਿਹੜੀ ਤੁਸੀਂ ਕੀਤੀ ਹੋਈ ਹੈ ਮੈਂ ਇਹਨੂੰ ਬਿਲਕੁਲ ਪ੍ਰਵਾਨ ਨਹੀਂ ਕਰਦਾ। ਸੋ ਬੱਚਿਓ ਇਹ ਜਿਹੜਾ ਸਾਡੇ ਸਮਾਜ ਵਿੱਚ ਜਾਤ ਪਾਤ ਦਾ ਕੋੜ ਹੈ, ਇਹ ਪੋਇਮ ਜਿਹੜੀ ਇਹ ਕਵਿਤਾ ਹੈ ਉਸਨੂੰ ਉਜਾਗਰ ਕਰਦੀ ਹੈ ਤੇ ਸਾਨੂੰ ਵੀ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਸੀਂ ਇੱਕ ਦੂਜੇ ਨੂੰ ਜਾਤੀ ਸੂਚਕ ਸ਼ਬਦਾਂ ਦੇ ਨਾਲ ਸੰਬੋਧਨ ਨਾ ਕਰੀਏ ਤੇ ਕਿਸੇ ਨੂੰ ਜਾਤ ਪਾਤ ਦੇ ਆਧਾਰ ਤੇ ਉੱਚਾ ਨੀਵਾਂ ਨਾ ਸਮਝੀਏ। ਸਾਡੇ ਸਾਰਿਆਂ ਦੇ ਵਿੱਚ ਇੱਕੋ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੀ ਜੋਤ ਜਗਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਇਸਦੇ ਚਾਨਣ ਸਭ ਮੈਂ ਚਾਨਣ ਹੋਏ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਇਸ ਪੋਇਮ ਦਾ ਕੁਸ਼ਚਨ ਨੰਬਰ 1, ਜੋ ਕਿ ਇਕੱਲਾ ਮੈਂ ਇੱਕ ਵੀਡੀਓ ਬਣਾਇਆ ਕਿਉਂਕਿ ਇਹ ਕੁਸ਼ਚਨ ਸੀਗਾ ਸਾਰੀ ਪੋਇਮ ਨੂੰ ਪ੍ਰੋਜ਼ ਦੇ ਵਿੱਚ ਲਿਖਣ ਦਾ, ਇਸ ਕਰਕੇ ਕਿਤੇ ਵੀਡੀਓ ਜ਼ਿਆਦਾ ਲੰਬਾ ਨਾ ਹੋ ਜਾਏ, ਇਸ ਕਰਕੇ ਇਹ ਕੁਸ਼ਚਨ ਇਕੱਲਾ ਦਾ ਇਕੱਲਾ ਇੱਕ ਕੀਤਾ। ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।